ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਨੂੰ ਅੱਜ ਅਚਾਨਕ ਭਾਰਤੀ ਜਨਤਾ ਪਾਰਟੀ ਦੀ ਈਡੀ ਨੇ ਉਹਨਾਂ ਦੇ ਘਰ ਜਾ ਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ। ਬਹੁਤ ਹੀ ਮਾੜੀ ਗੱਲ ਹੈ। ਮੈਨੂੰ ਲੱਗਦਾ ਹੈ ਕਿ ਨਰਿੰਦਰ ਮੋਦੀ ਜੀ ਅੱਜ ਜੋ ਕੇਜਰੀਵਾਲ ਸਾਹਿਬ ਐਜੂਕੇਸ਼ਨ ਦੇ ਵਿੱਚ ਇੱਕ ਰੈਵੂਲੇਸ਼ਨ ਲੈ ਕੇ ਆਏ ਦਿੱਲੀ ਪੰਜਾਬ ਦੇ ਵਿੱਚ, ਅੱਜ ਜੋ ਹੈਲਥ ਦੇ ਵਿੱਚ ਰੈਵੂਲੇਸ਼ਨ ਲੈ ਕੇ ਆਏ, ਅੱਜ ਲੋਕਾਂ ਨੂੰ ਫ੍ਰੀ ਬਿਜਲੀ ਪਾਣੀ ਦੇਣ ਦਾ ਜੋ ਅਰਵਿੰਦ ਕੇਜਰੀਵਾਲ ਜੀ ਦਾ ਕੰਮ ਹੈ, ਉਹਨੂੰ ਦੇਖਦੇ ਹੋਏ ਅਰਵਿੰਦ ਕੇਜਰੀਵਾਲ ਤੋਂ ਨਰਿੰਦਰ ਮੋਦੀ ਡਰਦਾ ਹੈ, ਭਾਰਤੀ ਜਨਤਾ ਪਾਰਟੀ ਡਰ ਰਹੀ ਹੈ। ਅਰਵਿੰਦ ਕੇਜਰੀਵਾਲ ਦੇ ਕੰਮ ਸਾਰੀ ਦੁਨੀਆ ਦੇਖ ਰਹੀ ਹੈ, ਉੱਥੇ ਹੀ ਨਰਿੰਦਰ ਮੋਦੀ ਦੇ ਕੰਮ। ਮੈਂ ਆਪ ਗੁਜਰਾਤ ਮਾਡਲ 2014 ਚ ਨਰਿੰਦਰ ਮੋਦੀ ਨੇ ਵੇਚਿਆ, ਲੋਕਾਂ ਨੂੰ ਝੂਠ ਬੋਲਿਆ ਉਹ ਗੁਜਰਾਤ ਮਾਡਲ, ਮੈਂ ਆਪਣੀ ਅੱਖੀਂ ਦੇਖ ਕੇ ਆਇਆ। ਇੰਨੀ ਗਰੀਬੀ ਚ ਲੋਕ ਉੱਥੇ ਰਹਿੰਦੇ ਆ, ਨਾ ਉਹਨਾਂ ਕੋਲ ਸਕੂਲ ਹੈ ਚੰਗੇ, ਨਾ ਉਹਨਾਂ ਕੋਲ ਹਸਪਤਾਲ ਚੰਗੇ ਹੈ, ਨਾ ਸੜਕਾਂ ਚੰਗੀਆਂ। ਬਹੁਤ ਬੁਰਾ ਹਾਲ ਹੈ ਗੁਜਰਾਤ ਦਾ, ਉਹ ਮੈਂ ਆਪਣੀ ਅੱਖੀਂ ਦੇਖਿਆ। ਉਸ ਕੰਮ ਨੂੰ ਤੁਸੀਂ ਨਰਿੰਦਰ ਮੋਦੀ ਜੀ ਪਰਦੇ ਲਾ ਕੇ ਲੁਕਾਉਂਦੇ ਹੋ, ਤੇ ਦੂਜੇ ਪਾਸੇ ਅਰਵਿੰਦ ਕੇਜਰੀਵਾਲ ਜੀ ਦੇ ਸਕੂਲ ਦੇਖਣ ਵਾਸਤੇ ਅਮਰੀਕਾ ਦੇ ਰਾਸ਼ਟਰਪਤੀ ਦੀ ਬੇਟੀ ਤੱਕ ਉਹਨਾਂ ਦੇ ਸਕੂਲ ਦੇਖਣ ਦਿੱਲੀ ਚ ਆਉਂਦੀ ਹੈ। ਇਹਨਾਂ ਚੀਜ਼ਾਂ ਕਰਕੇ ਤੁਸੀਂ ਅੱਜ ਡਰ ਰਹੇ ਹੋ। ਲਗਾਤਾਰ ਤੁਸੀਂ ਪੰਜਾਬ ਚ ਵੀ ਆਮ ਆਦਮੀ ਪਾਰਟੀ ਦੀ ਲੋਕਪ੍ਰਿਯਤਾ ਨੂੰ ਦੇਖ ਕੇ, ਵਧੀਆ ਸਰਕਾਰ ਚੱਲਦੀ ਨੂੰ ਦੇਖ ਕੇ, ਤੁਸੀਂ ਉੱਥੇ ਵੀ ਗਵਰਨਰ ਦੇ ਨਾਲ ਮਿਲ ਕੇ ਉਹ ਸਰਕਾਰ ਦੇ ਅੱਗੇ ਰੋੜੇ ਲਾਉਂਦੇ ਹੋ। ਪਰ ਅਰਵਿੰਦ ਕੇਜਰੀਵਾਲ ਜੀ ਉਸ ਮਿੱਟੀ ਦੇ ਬਣੇ ਆ, ਉਹਨਾਂ ਦੇ ਅਸੀਂ ਸਿਪਾਹੀ ਉਸ ਮਿੱਟੀ ਦੇ ਬਣੇ ਆ। ਤੁਹਾਡੀਆਂ ਜੇਲ੍ਹਾਂ, ਤੁਹਾਡੀਆਂ ਧਮਕੀਆਂ ਤੇ ਤੁਹਾਡੇ ਪਰਚਿਆਂ ਤੋਂ ਅਸੀਂ ਡਰਨ ਵਾਲੇ ਨਹੀਂ ਹੈ। ਇਹ ਸਾਨੂੰ ਸਾਡੇ ਹੌਸਲੇ ਤੋੜ ਨਹੀਂ ਸਕਦੇ। ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਨੂੰ ਅੱਜ ਅਚਾਨਕ ਭਾਰਤੀ ਜਨਤਾ ਪਾਰਟੀ ਦੀ ਈਡੀ ਨੇ ਉਹਨਾਂ ਦੇ ਘਰ ਜਾ ਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ। ਬਹੁਤ ਹੀ ਮਾੜੀ ਗੱਲ ਹੈ। ਮੈਨੂੰ ਲੱਗਦਾ ਹੈ ਕਿ ਨਰਿੰਦਰ ਮੋਦੀ ਜੀ ਅੱਜ ਜੋ ਕੇਜਰੀਵਾਲ ਸਾਹਿਬ ਐਜੂਕੇਸ਼ਨ ਦੇ ਵਿੱਚ ਇੱਕ ਰੈਵੂਲੇਸ਼ਨ ਲੈ ਕੇ ਆਏ ਦਿੱਲੀ ਪੰਜਾਬ ਦੇ ਵਿੱਚ, ਅੱਜ ਜੋ ਹੈਲਥ ਦੇ ਵਿੱਚ ਰੈਵੂਲੇਸ਼ਨ ਲੈ ਕੇ ਆਏ, ਅੱਜ ਲੋਕਾਂ ਨੂੰ ਫ੍ਰੀ ਬਿਜਲੀ ਪਾਣੀ ਦੇਣ ਦਾ ਜੋ ਅਰਵਿੰਦ ਕੇਜਰੀਵਾਲ ਜੀ ਦਾ ਕੰਮ ਹੈ, ਉਹਨੂੰ ਦੇਖਦੇ ਹੋਏ ਅਰਵਿੰਦ ਕੇਜਰੀਵਾਲ ਤੋਂ ਨਰਿੰਦਰ ਮੋਦੀ ਡਰਦਾ ਹੈ, ਭਾਰਤੀ ਜਨਤਾ ਪਾਰਟੀ ਡਰ ਰਹੀ ਹੈ। ਅਰਵਿੰਦ ਕੇਜਰੀਵਾਲ ਦੇ ਕੰਮ ਸਾਰੀ ਦੁਨੀਆ ਦੇਖ ਰਹੀ ਹੈ, ਉੱਥੇ ਹੀ ਨਰਿੰਦਰ ਮੋਦੀ ਦੇ ਕੰਮ। ਮੈਂ ਆਪ ਗੁਜਰਾਤ ਮਾਡਲ 2014 ਚ ਨਰਿੰਦਰ ਮੋਦੀ ਨੇ ਵੇਚਿਆ, ਲੋਕਾਂ ਨੂੰ ਝੂਠ ਬੋਲਿਆ ਉਹ ਗੁਜਰਾਤ ਮਾਡਲ, ਮੈਂ ਆਪਣੀ ਅੱਖੀਂ ਦੇਖ ਕੇ ਆਇਆ। ਇੰਨੀ ਗਰੀਬੀ ਚ ਲੋਕ ਉੱਥੇ ਰਹਿੰਦੇ ਆ, ਨਾ ਉਹਨਾਂ ਕੋਲ ਸਕੂਲ ਹੈ ਚੰਗੇ, ਨਾ ਉਹਨਾਂ ਕੋਲ ਹਸਪਤਾਲ ਚੰਗੇ ਹੈ, ਨਾ ਸੜਕਾਂ ਚੰਗੀਆਂ। ਬਹੁਤ ਬੁਰਾ ਹਾਲ ਹੈ ਗੁਜਰਾਤ ਦਾ, ਉਹ ਮੈਂ ਆਪਣੀ ਅੱਖੀਂ ਦੇਖਿਆ। ਉਸ ਕੰਮ ਨੂੰ ਤੁਸੀਂ ਨਰਿੰਦਰ ਮੋਦੀ ਜੀ ਪਰਦੇ ਲਾ ਕੇ ਲੁਕਾਉਂਦੇ ਹੋ, ਤੇ ਦੂਜੇ ਪਾਸੇ ਅਰਵਿੰਦ ਕੇਜਰੀਵਾਲ ਜੀ ਦੇ ਸਕੂਲ ਦੇਖਣ ਵਾਸਤੇ ਅਮਰੀਕਾ ਦੇ ਰਾਸ਼ਟਰਪਤੀ ਦੀ ਬੇਟੀ ਤੱਕ ਉਹਨਾਂ ਦੇ ਸਕੂਲ ਦੇਖਣ ਦਿੱਲੀ ਚ ਆਉਂਦੀ ਹੈ। ਇਹਨਾਂ ਚੀਜ਼ਾਂ ਕਰਕੇ ਤੁਸੀਂ ਅੱਜ ਡਰ ਰਹੇ ਹੋ। ਲਗਾਤਾਰ ਤੁਸੀਂ ਪੰਜਾਬ ਚ ਵੀ ਆਮ ਆਦਮੀ ਪਾਰਟੀ ਦੀ ਲੋਕਪ੍ਰਿਯਤਾ ਨੂੰ ਦੇਖ ਕੇ, ਵਧੀਆ ਸਰਕਾਰ ਚੱਲਦੀ ਨੂੰ ਦੇਖ ਕੇ, ਤੁਸੀਂ ਉੱਥੇ ਵੀ ਗਵਰਨਰ ਦੇ ਨਾਲ ਮਿਲ ਕੇ ਉਹ ਸਰਕਾਰ ਦੇ ਅੱਗੇ ਰੋੜੇ ਲਾਉਂਦੇ ਹੋ। ਪਰ ਅਰਵਿੰਦ ਕੇਜਰੀਵਾਲ ਜੀ ਉਸ ਮਿੱਟੀ ਦੇ ਬਣੇ ਆ, ਉਹਨਾਂ ਦੇ ਅਸੀਂ ਸਿਪਾਹੀ ਉਸ ਮਿੱਟੀ ਦੇ ਬਣੇ ਆ। ਤੁਹਾਡੀਆਂ ਜੇਲ੍ਹਾਂ, ਤੁਹਾਡੀਆਂ ਧਮਕੀਆਂ ਤੇ ਤੁਹਾਡੇ ਪਰਚਿਆਂ ਤੋਂ ਅਸੀਂ ਡਰਨ ਵਾਲੇ ਨਹੀਂ ਹੈ। ਇਹ ਸਾਨੂੰ ਸਾਡੇ ਹੌਸਲੇ ਤੋੜ ਨਹੀਂ ਸਕਦੇ।